ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ 'ਤੇ। ਅਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਅਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਸ਼ੁਰੂ ਕਰਦੇ ਹਾਂ। ਅਤੇ ਅੱਜ ਹੈਗੀ 10ਵੀਂ ਅਤੇ ਸੰਗਰਾਂਦ। ਸਾਰਿਆਂ ਨੂੰ ਸੰਗਰਾਂਦ, ਹੈਪੀ ਸਾਵਣ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਸੰਗਰਾਂਦ ਦੀਆਂ ਵੀ ਬਹੁਤ ਬਹੁਤ ਵਧਾਈਆਂ। ਅਤੇ ਅੱਜ ਦੋਨੋਂ ਦਿਹਾੜੇ ਇੱਕੋ ਦਿਨ ਆ ਗਏ ਆ ਅਤੇ ਲੱਕੀ ਦਿਨ ਅੱਜ, ਹੈ ਨਾ। ਅਤੇ ਬਹੁਤ ਵਧੀਆ ਲੱਗਦਾ ਆ, ਸਾਵਣ ਚੜ੍ਹਿਆ, ਹੁਣ ਮੀਂਹ ਪਊਗਾ, ਵਧੀਆ ਵਧੀਆ ਪਕਵਾਨ ਪੱਕਣਗੇ ਅਤੇ ਮੈਂ ਨਹੀਂ ਖਾਣੀ, ਸਾਰੇ ਖਾਣਗੇ, ਕਿਉਂਕਿ ਮੈਥੋਂ ਖਾਧੇ ਨਹੀਂ ਜਾਂਦੇ ਹੈਗੇ। ਅਤੇ ਸਾਰੇ ਜਾਣੇ ਆਪੋ ਆਪਣੇ ਘਰਾਂ ਦੇ ਵਿੱਚ ਨਵੇਂ ਨਵੇਂ ਚੀਜ਼ਾਂ ਬਣਾ ਕੇ ਖਾਣਗੇ, ਹੈ ਨਾ। ਪਕੌੜੇ ਕੱਢਣਗੇ, ਗੁਲਗੁਲੇ, ਪੂੜੇ, ਮਾਲ ਪੂੜੇ, ਸਾਰਾ ਕੁਛ ਬਣਾ ਬਣਾ ਕੇ ਖਾਣਗੇ। ਆਪਾਂ ਵੀ ਬਣਾਵਾਂਗੇ ਜੇ ਮੀਂਹ ਪਊਗਾ ਤਾਂ। ਹੁਣ ਮੀਂਹ ਪਵੇ ਅਤੇ ਸਾਰੇ ਜਣੇ ਖੁਸ਼ ਹੋਣ, ਹੈ ਨਾ। ਸਾਰੀ ਕੈਨਾਤ ਵਧੀਆ ਵਧੀਆ ਹੋ ਜਾਂਦੀ ਆ, ਮੀਂਹ ਅਤੇ ਗਰਮੀ ਤੋਂ ਰਾਹਤ ਮਿਲਦੀ ਆ। ਗਰਮੀ ਬਹੁਤ ਜ਼ਿਆਦਾ ਆ, ਕੱਲ੍ਹ ਦੀ ਵੀ ਪਤਾ ਨਹੀਂ ਕਿੱਦਾਂ ਦੀ ਗੰਦੀ ਗੰਦੀ ਜੀ ਗਰਮੀ ਆ, ਹੈ ਨਾ। ਪਸੀਨਾ ਜਿਹੜਾ ਆਉਂਦਾ ਚਿਪ 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 ਜਿਹਾ, ਗੰਦਾ ਗੰਦਾ, ਬਸ ਐਂ ਜੀ ਕਰਦਾ, ਬਾਰ ਬਾਰ ਨਹਾ ਲਓ ਨਹਾ ਲਓ, ਹੈ ਨਾ। ਅਤੇ ਕਿਚਨ 'ਚ ਤਾਂ ਪੜਨ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ, ਅਤੇ ਪੜੇ ਬਿਨਾਂ ਸਰਦਾ ਵੀ ਨਹੀਂ। ਹੁਣ ਵੀ ਆਪਾਂ ਕਿਚਨ 'ਚ ਹੀ ਵੜਨਾ ਆ। ਅਤੇ ਤੁਹਾਨੂੰ ਅੱਜ ਦੱਸਿਆ ਵੀ ਅੱਜ 10ਵੀਂ ਆ, ਅਤੇ 10ਵੀਂ ਦਾ ਦਿਹਾੜਾ ਜਿਹੜਾ ਸਾਡੇ ਪਤਾ ਨਹੀਂ ਕਿੱਥੇ ਕਿੱਥੇ ਮਨਾਉਂਦੇ ਆ, ਜਾਣੀ ਸਾਡੇ ਤਾਂ ਮਨਾਉਂਦੇ ਆ, ਹੈ ਨਾ। ਅਤੇ ਕੌਣ ਕੌਣ 10ਵੀਂ ਮਨਾਉਂਦਾ ਹੈ ਤਾਂ ਕਮੈਂਟਸ ਕਰਕੇ ਜ਼ਰੂਰ ਦੱਸਿਓ। ਅਤੇ ਸਾਡੇ ਤਾਂ 10ਵੀਂ ਮਨਾਉਂਦੇ ਆ, ਪਸ਼ੂਆਂ ਦੀ ਸੁੱਖ ਵਾਸਤੇ ਅਤੇ ਆਪਣੇ ਵੱਡੇ ਵਡੇਰਿਆਂ ਦਾ ਮੱਥਾ ਟੇਕਦੇ ਆ। ਅਤੇ ਸ਼ੁਰੂ ਤੋਂ ਰੀਤ ਚੱਲੀ ਆਉਂਦੀ ਆ ਸਾਡੇ, ਉੱਥੇ ਵੀ ਮਨਾਉਂਦੇ ਆ, ਇੱਥੇ ਵੀ ਮਨਾਉਂਦੇ ਆ। ਚਲੋ ਜੇ ਆਪਾਂ ਜਿਹੜੀਆਂ ਨਹੀਂ ਮੇਰੀਆਂ ਭੈਣਾਂ ਮੰਨਦੀਆਂ, ਫਿਰ ਉਹਨਾਂ ਨੂੰ ਉਹਨਾਂ ਦੇ ਸਹੁਰੇ ਮਾੜਾ ਕਹਿੰਦੇ ਆ, ਵੀ ਇਹ ਸਾਡੇ ਕਹਿਣੇ 'ਤੇ ਨਹੀਂ ਚੱਲਦੀ। ਅਤੇ ਜਿਹੜੇ ਆਪਾਂ ਚੱਲਦੇ ਆ ਅਤੇ ਆਪਾਂ ਨੂੰ ਲੋਕ ਕਹਿੰਦੇ ਆ, ਪਖੰਡ ਕਰਦੇ ਆ, ਚਲੋ ਜੀ ਜੋ ਮਰਜ਼ੀ ਲੋਕ ਕਹਿਣ, ਆਪਾਂ ਪਖੰਡ ਨਹੀਂ ਕਰਨੇਗੇ। ਆਪਾਂ ਜਿੱਦਾਂ ਆਪਣੇ ਮੰਮੀ ਡੈਡੀ ਸਾਰੇ ਇੱਦਾਂ ਮੰਨਦੇ ਆਉਂਦੇ, ਆਪਾਂ ਉੱਦਾਂ ਹੀ ਮੰਨਾਂਗੇ, ਹੈ ਨਾ। ਇਹਦੇ ਵਿੱਚ ਕੋਈ ਬਾਹਲੀ ਵੱਡੀ ਕੋਈ ਇਸ਼ੂ ਬਣਾਉਣ ਵਾਲੀ ਕੋਈ ਗੱਲ ਨਹੀਂ ਹੁੰਦੀ ਹੈਗੀ। ਖਾਣਾ ਤਾਂ ਆਪਾਂ ਹੀ ਹੁੰਦਾ, ਉੱਥੇ ਤਾਂ ਬਸ ਥੋੜ੍ਹਾ ਜਿਹਾ ਇੰਨਾ ਕੁ ਮੱਥਾ ਹੀ ਟਿੱਕਣਾ ਹੁੰਦਾ। ਅਤੇ ਸਾਡੇ ਇੱਥੇ ਜਿਹੜੀ ਖੀਰ ਆ ਨਾ, ਉਹ ਗੁਰਦੁਆਰਾ ਸਾਹਿਬ ਜਾਂਦੀ ਆ ਮਲਾਈ ਤੋਂ ਲਾਹ ਕੇ। ਫਿਰ ਮੈਂ ਸੁੱਚ ਖੋਲ੍ਹਤੀ, ਮੈਂ ਕਿਹਾ ਇੱਕ ਮਹੀਨਾ ਕਿਹੜਾ ਦੁੱਧ ਦੀ, ਜਿੱਦਾਂ ਹੁਣ ਪਤਾ ਸੀ ਆਪਾਂ ਨੂੰ ਝੋਨਾ ਲੱਗਣਾ, ਫਿਰ ਇੱਦਾਂ ਕਿਸੇ ਨੂੰ ਦੁੱਧ ਚਾਹ ਨਹੀਂ ਦਿੰਦੇ ਹੁੰਦੇ ਪੀਣ ਨੂੰ, ਜਿੰਨਾ ਟਾਈਮ ਸੁੱਚ ਨਹੀਂ ਖੁੱਲ੍ਹਦੀ। ਹੁਣ ਸੁੱਚ ਖੁੱਲ੍ਹ ਗਈ ਆ ਅਤੇ ਆਪਾਂ ਸਾਰਿਆਂ ਨੇ ਚਾਹ ਦੁੱਧ ਬਣਾ ਕੇ ਦਿੱਤਾ, ਪੀਤਾ ਸਭ ਨੇ। ਅਤੇ ਜਿਹੜਾ ਕਿ ਉਹ ਚੱਕ ਕੇ ਮੈਂ ਰੱਖਤਾ ਸੀ, ਅਤੇ ਖੀਰ ਜਿਹੜੀ ਗੁਰਦੁਆਰਾ ਸਾਹਿਬ ਭੇਜਣੀ ਰਹਿ ਗਈ ਸੀ, ਕਿਉਂਕਿ ਉਦੋਂ ਦੁੱਧ ਨਹੀਂ ਸੀ ਸਾਫ਼, ਖੀਰ ਨਹੀਂ ਬਣੀਗੀ। ਅਤੇ ਹੁਣ ਆਪਾਂ ਕੋਲ ਦੁੱਧ ਵੀ ਸਾਫ਼ ਆ, ਸਾਰਾ ਕੁਛ ਸਾਫ਼ ਆ, ਅਤੇ ਮੈਂ ਇਹਨਾਂ ਨੂੰ ਕਹਿਤਾ ਸੀ ਵੀ ਆਪਾਂ ਅਗਲੀ 10ਵੀਂ ਜਿਹੜਾ ਗੁਰਦੁਆਰੇ ਖੀਰ ਦੇਵਾਂਗੇ। ਅਤੇ ਅੱਜ ਹੁਣ ਆਪਾਂ ਨੇ ਖੀਰ ਬਣਾਉਣੀ ਹੈ ਅਤੇ ਪ੍ਰਸ਼ਾਦ ਬਣਾਉਣਾ। ਪਹਿਲਾਂ ਤਾਂ ਹੁਣ ਆਪਾਂ ਪ੍ਰਸ਼ਾਦ ਬਣਾ ਦਿੰਦੇ ਹਾਂ, ਨਹੀਂ ਪਹਿਲਾਂ ਆਪਾਂ ਚੌਲ ਸਾਫ਼ ਕਰਕੇ ਰੱਖਦੇ ਹਾਂ। ਚੌਲਾਂ ਦੇ ਵਿੱਚ ਹੋਰ ਤਾਂ ਕੁਛ ਨਹੀਂ, ਬਸ ਉਹਨਾਂ ਨੂੰ ਪਾਣੀ ਦੇ ਵਿੱਚ ਪਾ ਕੇ ਰੱਖ ਦਿੰਦੇ ਹਾਂ, ਉਹਨਾਂ ਟਾਈਮ ਉਹ ਭਿੱਜ ਜਾਣਗੇ ਅਤੇ ਉਨੇ ਟਾਈਮ ਆਪਾਂ ਦੇਗ ਬਣਾ ਲਾਂਗੇ, ਠੀਕ ਆ ਜੀ। ਅਤੇ ਮੈਂ ਹੁਣ ਚੌਲ ਲੈ ਕੇ ਆਉਂਦੀ ਹਾਂ, ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ। ਵਲੌਗ ਵਧੀਆ ਲੱਗਦਾ ਹੁੰਦਾ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ। ਅੱਜ ਤਾਂ ਹੁਣ ਤੁਸੀਂ ਜ਼ਰੂਰ ਕਮੈਂਟ ਕਰਨਾ ਹੀ ਕਰਨਾ, ਸਾਰੇ ਜਾਣਿਆਂ ਨੇ, ਤੁਹਾਨੂੰ ਮੇਰੀ ਸੌਂਹ ਜੇ ਨਾ ਕੀਤਾ, ਠੀਕ ਹੈ ਜੀ। ਸਾਰੇ ਜਾਣੇ ਕਮੈਂਟਸ ਕਰਿਓ ਅਤੇ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ 10ਵੀਂ ਅਤੇ ਸੰਗਰਾਂਦ ਦੀਆਂ ਹੈਪੀ ਸਾਉਣ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਅਤੇ ਤੁਹਾਡੇ ਲਈ ਸਾਉਣ ਹੱਸੀਆਂ ਖੁਸ਼ੀਆਂ ਭਰਿਆ ਹੋਵੇ, ਹੈਨ ਵਧੀਆ। ਮੀਂਹ ਦੇ ਵਿੱਚ ਨਹਾਵੋ ਤੁਸੀਂ, ਗਰਮੀ ਤੋਂ ਰਾਹਤ ਮਿਲੇ, ਹੈ ਨਾ। ਚਲੋ ਪਊਗਾ ਹੀ ਰੱਬ ਮੀਂਹ, ਅੱਜ ਤਾਂ ਹਾਲੇ ਤੱਕ ਤਾਂ ਪਿਆ ਨਹੀਂ, ਹੁਣ ਟਾਈਮ ਹੈ ਜਿਹੜਾ 1 ਵੱਜ ਗਿਆ ਅੱਜ ਮੈਨੂੰ, ਜਾਣੀ ਕਿ ਮੈਂ ਕੀਤਾ ਤਾਂ ਬਹੁਤ ਜਲਦੀ ਜਲਦੀ ਕੰਮ, ਅਤੇ ਘਰ ਦੇ ਕੰਮ ਵੀ ਜਿਹੜੇ ਇੱਦਾਂ ਦੇ ਹੁੰਦੇ ਆ ਜਿਹੜੇ ਮੁੱਕਣ 'ਚ ਨਹੀਂ ਆਉਂਦੇ ਹੈਗੇ। ਦਿਖਦਾ ਕੋਈ ਨਹੀਂ ਕੰਮ ਵੀ ਤੂੰ ਕੀ ਕੀਤਾ, ਗਿਣਤੀ 'ਚ ਹੁੰਦੇ ਨਹੀਂ ਸਾਡੇ, ਔਰਤਾਂ ਦਾ ਕੋਈ ਕੰਮ ਗਿਣਤੀ 'ਚ ਨਹੀਂ ਆਉਂਦਾ ਹੈਗਾ, ਅਤੇ ਕਰਨੇ ਸਾਨੂੰ ਡੇਲੀ ਪੈਂਦੇ ਆ। ਚਲੋ ਆਪਾਂ ਆਪਣੀ ਡਿਊਟੀਆਂ ਦੇ ਦਿੰਦੇ ਹਾਂ, ਅਤੇ ਕਿਚਨ ਵਗੈਰਾ ਸਾਰਾ ਕਲੀਨ ਕੀਤਾ ਪਿਆ, ਭਾਂਡੇ ਚੈਨ ਵਾਲੇ ਦਾ, ਮੇਰੀ ਪੱਖੀ ਵੀ ਉੱਥੇ ਪਈ ਆ, ਮੈਂ ਪੱਖੀ ਲਾ ਕੇ ਰੋਟੀ ਬਣਾਈ ਸੀ ਅਤੇ ਨਾਲ ਹੀ ਮੈਂ ਉਹ ਕੀਤਾ ਸੀਗਾ, ਭਾਂਡੇ ਧੋਏ ਸੀਗੇ। ਭਾਂਡੇ ਮੈਂ ਗਿੱਲੇ ਨਹੀਂ ਵਿੱਚ ਰੱਖਦੀ ਹੁੰਦੀ, ਮੈਂ ਸੁੱਕਿਆਂ 'ਤੇ ਰੱਖਦੀ ਹੁੰਦੀ ਹਾਂ। ਅਤੇ ਹੁਣ ਮੈਂ ਲਾਲਵਾਂ ਟਰਾਈਪੋਡ 'ਤੇ ਫੋਨ ਅਤੇ ਚੌਲ ਲੈ ਕੇ ਆਉਂਦੀ, ਉੱਧਰ ਉਹਨਾਂ ਨੂੰ ਧੋ ਕੇ ਰੱਖਦੇ ਆ, ਠੀਕ ਹੈ ਜੀ। ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ। ਲਓ ਜੀ, ਇੰਨੇ ਚੌਲ ਜਿਹੜੇ ਲਿਆਂਦੇ, ਚੌਲ ਵੈਸੇ ਤਾਂ ਇਸ ਵਾਰ ਸਾਫ਼ ਨੇ, ਇਹਨਾਂ ਦੇ ਵਿੱਚ ਕੁਛ ਵੀ ਨਹੀਂ ਹੈਗਾ, ਬਸ ਇਹਨਾਂ ਨੂੰ ਆਪਾਂ ਨੇ ਉਹ ਕਰਨਾ ਆ, ਪਾਣੀ ਪਾ ਕੇ ਰੱਖ ਦਿੰਦੇ ਹਾਂ, ਫਿਰ ਚੰਗੀ ਤਰ੍ਹਾਂ ਧੋ ਕੇ ਅਤੇ ਸਾਫ਼ ਕਰਕੇ ਕਰ ਲਾਂਗੇ, ਖੀਰ ਬਣਾ ਲਾਂਗੇ। ਕੀੜੀ ਫਿਰਦੀ ਆ, ਇੱਕ ਵਿੱਚ ਨਿਕਲਦੀ ਹੋਈ,
ਇੱਕ ਸਾਡੇ ਕੀੜੇ ਕੀੜੀਆਂ ਬਹੁਤ ਨੇ। ਗੋਹਾ ਲਾਉਣਾ ਮੈਂ ਵੀ ਭੁੱਲ ਗਈ, ਤੁਸੀਂ ਵੀ ਭੁੱਲ ਗਏ ਹੈ।
ਪ੍ਰਸ਼ਾਦ ਆਪਾਂ ਗੁਰਦੁਆਰਾ ਸਾਹਿਬ ਭੇਜਤਾ ਬਣਾ ਕੇ ਅਤੇ ਹੁਣ ਆਪਾਂ ਆਪ ਛਕਣ ਲੱਗੇ ਹਾਂ। ਇਹ ਛਕ ਰਹੇ ਨੇ, ਸਵਾਦ ਬਣੀ ਬਹੁਤ ਅੱਛੀ, ਪਰ ਗਰਮੀ ਇੰਨੀ, ਹਾਏ ਰੱਬਾ, ਮੈਂ ਤਾਂ ਉੱਗਲ ਗਈ ਖੜੀ ਬਣਾਉਂਦੀ। ਗਰਮੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਆ। ਗਰਮੀ ਵਾਲੀ ਆ, ਅਤੇ ਇੱਕ ਮੈਂ ਇੱਕ ਗੇੜਾ ਬਾਹਰ ਲਾਇਆ, ਮੈਂ ਪਤਾ ਨਹੀਂ ਮੇਰੇ ਉੱਪਰ ਕੀੜਾ ਕਿੱਥੋਂ ਚੜ੍ਹ ਜਾਂਦਾ ਆ। ਇੱਥੋਂ ਮੈਂ ਇੱਥੋਂ ਕੀੜਾ ਫੜਿਆ, ਕੀੜਾ ਮੇਰੇ ਬਦਲ ਦੀ ਵੱਡੇ, ਆਹੋ ਇਹ ਮੱਥਾ ਟੇਕਣ ਚੱਲੇ, ਅਤੇ ਮੈਂ ਟਿਫਨ ਬੜਾ ਸੋਹਣਾ ਬੰਦ ਕਰਕੇ ਦਿੱਤਾ, ਪਤਾ ਨਹੀਂ ਕਿਵੇਂ ਪ੍ਰਸ਼ਾਦ ਉੱਥੇ ਡੋਲਤਾ ਇਹਨਾਂ ਨੇ, ਫਿਰ ਮੁੜ ਕੇ ਆਇਆ, ਫਿਰ ਹੋਰ ਬੰਦ ਦਿੱਤਾ। ਵੱਧ ਗਿਆ ਕੋਈ ਦੇਵੀ ਦੇਵਤਾ ਭੁੱਖਾ ਹੋਣ, ਚਲੋ ਕੋਈ ਗੱਲ ਹੋਏ ਜਾਂਦਾ। ਗੇਟ ਦੇ ਕੋਲ ਦੇਖਦਾ ਨਹੀਂ ਡਿੱਗੀ ਗਈ, ਡੱਬਾ ਡਿੱਗ ਗਿਆ, ਫਿਰ ਅਸੀਂ ਇਹ ਕਾਹਨੂੰ ਲੈ ਕੇ ਜਾਣਾ ਆ। ਫਿਰ ਹੋਰ ਦੁੱਧ ਦੇ ਵਿੱਚ ਪਾ ਕੇ ਭੇਜੀ, ਗੁਰਦੁਆਰਾ ਸਾਹਿਬ ਵੀ ਦੇ ਆਏ ਬਾਬਿਆਂ ਦੇ, ਮੱਥਾ ਟੇਕਤਾ, ਅਤੇ ਹੁਣ ਆਪ ਖਾ ਲਈਏ। ਬਟਰ ਪਰੋਫ ਹੈ, ਲੈਵੀਲੇਸ਼ਨ ਕਰਵਾਇਆ ਬੇਟੇ ਨੇ ਕਰਵਾਇਆ। ਬਸ ਫਿਰ ਵੀ ਆਪਾਂ ਥੋੜ੍ਹੀ ਜਾਵਾਂਗੇ ਮੀਂਹ 'ਚ, ਇੱਥੇ ਖੜ੍ਹ ਕੇ ਵੀਡੀਓ ਬਣਾ ਦਾਂਗੇ। ਥੋੜ੍ਹਾ ਹੀ ਪੈਂਦਾ ਨਹੀਂ, ਹਾਲੇ ਤੱਕ ਤਾਂ ਗਰਮੀ ਜ਼ਿਆਦਾ ਹੋ ਗਈ, ਉਹ ਹੋ ਗਿਆ ਨਾ ਨਿਕਲਿਆ ਆ ਗਰਮੈਸ਼ ਜੀ। ਹਾਂ ਲਓ ਜੀ, ਸੌਣ ਦਾ ਮੀਂਹ ਆ ਗਿਆ, ਸੌਣ ਦੇ ਸ਼ਰਾਟਿਆਂ, ਸੌਣ ਦੇ ਅਜਾ ਨਾ ਪੜ੍ਹਨਾ, ਪੜ੍ਹਨਾ ਅੰਦਰ ਆ ਜਾ, ਕੈਦੀ ਨਾ ਠੀਂਦਾ ਜਾ ਬੰਨ ਤੇਰੀਆਂ ਐਨਕਾਂ 'ਚ ਬੰਨ। ਸਾਡੇ ਤਾਂ ਆ ਗਿਆ ਸਾਵਨ ਕਾ ਵੀ, ਮੈਂ ਵੀ ਖੜਾ ਛੱਤ ਤੇ, ਤੂੰ ਵੀ ਚੜੀ ਛੱਤ ਤੇ, ਪਤਾ ਨਹੀਂ ਕੀ ਆ। ਚੱਲ ਗਾਲਾਂ ਪੈ ਜਾਣਗੀਆਂ, ਵੀਰੇ ਨੇ ਆਪ ਜਾ ਬੇਸ਼ੱਕ ਨੀ ਸੁਣਦਾ, ਜੇ ਆਪਾਂ ਨੂੰ ਸੁਣ ਲਿਆ ਫਿਰ ਗਾਲਾਂ ਕੱਢੂ। ਡੱਬੂ ਮਾਨ ਦਾ ਗਾਣਾ ਸੁਣਦੇ ਹੋ, ਉਹ ਕਹਿੰਦੇ ਨੀ ਕੱਟਦਾ ਤੈਨੂੰ ਕਰੀ ਆਪਣਾ ਕੁੱਟਾ ਚਮਲ ਨੀ ਚਾਹੀਦਾ ਤਿੰਨ ਤੇ